ਇਸ ਤੋਂ ਬਾਅਦ ਵੀਰੇ ਰੈਡੀਮੇਡ ਗਿਆ ਧਨੇਠਾ ਜਸ਼ਨ ਤੇ ਬਈਏਵਾਲ। ਧਨੇਠਾ ਜਸ਼ਨ ਤੇ ਬਈਏਵਾਲ ਦੀ ਟੀਮ ਦਾ ਮੁਕਾਬਲਾ ਜਿਹੜਾ ਖੇਡਿਆ ਜਾਣਾ ਸੀ ਉਹ ਗਰਾਊਂਡ ਨੰਬਰ 4 ਦੇ ਵਿੱਚ ਹੋਊਗਾ ਜੀ। ਗੁਰਲਾਲ ਮੈਚ ਸਾਰੇ ਧਿਆਨ ਦੇ ਵਿੱਚ ਮੇਰਾ ਬਣ ਕੇ ਰੱਖੋ ਜੀ, ਯਾਦ ਰੱਖੋ ਮੇਰਾ ਬਾਈ, ਚਾਰੇ ਮੈਚ ਬੋਲਣ ਲੱਗੇ ਅਗਲੇ। 4 ਨੰਬਰ ਗਰਾਊਂਡ ਵਿੱਚ ਬਈਏਵਾਲ ਤੇ ਧਨੇਠਾ ਜਸ਼ਨ, 3 ਨੰਬਰ ਗਰਾਊਂਡ ਦੇ ਵਿੱਚ ਅਗਲਾ ਮੈਚ ਖਨਾਲ ਦੀ ਸੀਟ ਤੇ ਰਾਜਨ ਮਹਾਹੋਗੀ, ਔਰ ਨਾਲ ਹੀ ਬਾਈ ਮੈਂ ਬੇਨਤੀ ਕਰੂੰਗਾ 2 ਨੰਬਰ ਗਰਾਊਂਡ ਦੇ ਵਿੱਚ ਸੰਗਰੂਰ ਤੇ ਯੂਪੀ ਸ਼ਾਸਤਰੀ, ਔਰ 1 ਨੰਬਰ ਗਰਾਊਂਡ ਦੇ ਵਿੱਚ ਮੇਰੇ ਬਡੂਹਾ ਤੇ ਕੈਨੇਵਾਲ। ਤੇ ਮੁੰਡੇ ਆਪਣੀ ਤਿਆਰੀ ਰੱਖੋ ਮੇਰਾ ਵੀਰ ਬਣ ਕੇ, ਔਰ ਉਸੇ ਤਰ੍ਹਾਂ ਰਾਊਂਡ ਚੱਲ ਲੱਗਣ ਗਿਆ 6 ਤਰੀਕ ਦੇ ਵੀ ਹੋਵੇਗੀ ਉਹ ਘਟੋਗਲ ਦੇ ਟੂਰਨਾਮੈਂਟ ਦੀ, ਜਿਸ ਕਾਰਨ ਖੱਬੇ ਹੁਣੀ ਆਏ ਹੈ ਰਾਜਵੰਤ ਫਲਿੰਗ ਸਾਡਾ ਵੀਰ ਬਸਤਾ ਵਿੱਚ ਕਬੀਲਾ ਦੇ ਖੁੱਲੇ ਸੱਪੇ ਹੈ। ਲੈ ਵੀ ਕੌਣ ਜਿੱਤ ਗਿਆ ਬਾਈ ਗਰਾਊਂਡ ਨੰਬਰ 3 ਤੋਂ ਦੱਸੋ ਮੇਰਾ ਵੀਰ ਬਣ ਕੇ। ਉਧਰੇ ਬਾਜੀ ਅਰਕਰੀ ਟੀਮ ਜੇ ਤੁਰ ਰਹੀ ਹੈ ਜੀ, ਵਧੀਆ ਵਧੀਆ ਨਿਰਮਲ ਵਧੀਆ, 3 ਦੇ ਬਾਈ ਲਾਏ ਵਾ ਸ਼ੇਰੇ ਪੰਜਾਬਾ ਕਰਦਾ ਹੈੜੀ, ਆਓ ਵੀ ਆਪਣਾ 1 ਨੰਬਰ ਹੈ ਵੀ 1 ਨੰਬਰ ਬੋਲੋ ਵੀ ਆ ਜਾਣ ਵੀ ਹੈ ਸਾਡਾ ਵੱਡਾ ਬਾਈ ਡਾਕਰੇ ਵਾਲਾ ਤੁਰਸੀ ਪੁੱਜਾ ਹੋਇਆ ਸਾਹਮਣੇ ਗਰਾਊਂਡ ਨੰਬਰ 1 ਦੇ ਉੱਤੇ ਬਾਰੇ ਕਾਲੀ ਟੀਮ ਦੇ ਸ਼ਬੀਰ ਜਹਾਨਪੁਰਾ ਕੋਚ ਵੀ ਚੱਲਦਾ ਮੈਂ 2 ਨੰਬਰ ਦੇ 2 ਨੰਬਰ ਤੇ ਵਾਲੀਬਾਲ ਐਂਡ ਗੱਲਬਾਤ ਆਗੇ ਬਾਈ। ਹਾਂਜੀ ਹਾਂਜੀ ਬਰਦੇੜੀ ਦੀ ਟੀਮ ਗਰਾਊਂਡ ਦਾ ਵੀਰੇ ਬਾਈ ਜੀ ਆਏ, ਮੇਰੀ ਬੇਨਤੀ ਆ ਇੱਧਰ ਮੁੰਡੇ ਆ ਜਾਣ ਗੋਲਦੀ ਤੋਂ ਪਹਿਲਾਂ ਗਰਾਊਂਡ ਦੇ ਵਿੱਚ ਫਨਾਲ ਵਾਲੇ ਮੁੰਡੇ ਲੈ ਆਓ ਚਹਿਲ ਬਾਈ ਕੋਚੀ ਦੀ ਆਈਏ ਆਪਾਂ ਬਾਈ ਲੱਭੇ 6 ਨੂੰ ਖੇਡਣਾ ਮੈਂ ਇਹਦੇ ਨਾਲ ਬਨੈਰੀ ਜੀ ਆਇਆ ਸੀ ਮੈਨੂੰ ਇਹਦਾ ਨੰਬਰਦਾਰ ਦਾ ਯਾਰ ਕਹਿੰਦਾ ਵੀ ਧਨੇਠੇ ਬਨਿਆਰੀ ਦਾ ਮੈਚ ਹੋਣਾ ਮੇਰੇ ਅਰਮਾਨ ਮਹਿਤਾ ਜੀ ਹਜੇ ਅਨਾਊਂਸ ਨਹੀਂ ਹੋਇਆ ਕਿੱਥੇ ਹੋਊਗਾ ਗੋਣਾਵਾਲ ਬੀਨ ਵਾਲਾ ਮੈਚ ਅਜੇ ਅਨਾਊਂਸ ਨਹੀਂ ਹੋਇਆ ਕਿੱਥੇ ਹੋਣਾ, 4 ਨੰਬਰ ਦੇ ਲਾਈਵ ਹੈ ਨੀ ਵੀਰੇ ਮੱਖਣ ਦੇ ਵੀ ਹੱਥ ਬਹੁਤ ਸਾਫ਼ ਨੇ ਹਨਾ ਨਹੀਂ ਨਾ ਸਾਫ਼ ਨੇ ਹੱਥ ਉਂਡ ਬਹਿਸਲ ਮੂੰਹ ਬਹੁਤ ਵਧੀਆ ਕਰਦਾ ਹਾਂ ਉਹ ਭਰਾ ਸਾਡੇ ਕਹਿੰਦੇ ਵੀ ਹੈਦਰਾਬਾਦ ਦੀ ਟੀਮ ਦੇ ਵਿੱਚ ਆਪਾਂ 1100 ਰੁਪਏ ਦੇ ਦਿਆਂਗੇ ਇਹਨਾਂ ਦੀ ਗੇਮ ਹੀ ਇਹ ਚੀਜ਼ ਤੇ ਆ ਗਈ ਲੱਭੇ ਜਦੋਂ ਆਖੇ ਕੋਈ ਤੂੰ ਦੇਖਿਆ ਕਦੇ ਵੀ ਇੱਧਰਲੀਆਂ ਟੀਮਾਂ ਦਾ ਵੀ ਅਟੈਕ ਕਰ ਬਾਹਲਾ ਤਕੜਾ ਅਟੈਕਰ ਨਹੀਂ ਹੈ ਬੰਦੇ ਨੂੰ ਲਿਆਉਂਦੀ ਵਾ ਹਾਂ ਇਹਦਾ ਪੁੱਠੀ ਉਧਰੋਂ ਮਾਰੀ ਹੈਲੋ ਬਾਈ ਜੀ 4 ਨੰਬਰ ਗਰਾਊਂਡ ਤੇ ਚੱਲ ਪਏ ਮੈਚ ਵੀਰੇ
ਬਹੁਤ ਬਹੁਤ ਮਿਹਰਬਾਨੀ ਬਿੰਦਰੀ ਬਾਈ, ਅਗਲਾ ਮੈਚ ਵੀ ਧਿਆਨ ਚ ਰੱਖੋ ਜੀ। ਹੋਰ ਪਾਉਂਦੇ ਆ ਲੱਕੀ ਵੀਰੇ ਬੋਲ ਰਿਹਾ ਜੀ, ਜਿੰਦਾ ਮੈਚ ਖੇਡਿਆ ਜਾਣਾ ਫਿਰ ਉਸ ਤੋਂ ਬਾਅਦ ਧਨੇਫਾ ਜਸ਼ਨ ਦੀ ਟੀਮ ਦੇ ਨਾਲ ਕਰਨਾ ਕਿੰਨੇ ਹੋ ਗਏ, ਉਸ ਤੋਂ ਬਾਅਦ ਗਰਾਊਂਡ ਨੰਬਰ 4 ਦੇ ਵਿੱਚ ਵੀਰੇ 4 ਨੰਬਰ 4 ਦੋ ਬਰਾਬਰ ਹੈ ਜੀ ਸਕੋਰ, ਦੋ ਬਰਾਬਰ ਵੀਰੇ ਦੇ ਵਿੱਚ ਵੀ ਟੀਮ ਯੂਪੀ ਦੀ ਵੀਰੇ ਇੱਕ ਬਾਰੇ ਗਈ ਆ, ਟੀਮਾਂ ਨੇੜੇ ਆ ਜਾਣ ਪਣਿਆਰੀ ਤੇ ਬੋੜਾ ਦੀ ਬੀ ਟੀਮ ਦਾ ਮੈਚ ਹੋਊਗਾ ਵੀਰੇ, ਪਨਿਹਾਰੀ ਦੇ ਬੋੜਾ ਦੀ ਬੀ ਟੀਮ ਤੋਂ ਬਾਅਦ ਗਰਾਊਂਡ ਨੰਬਰ 3 ਚ ਰਿਪੋਰਟ ਕਰਨਗੇ ਮੁੰਡੇ, ਇੱਕ ਚੋਟੀ ਦਾ ਮੈਚ ਖੇਡਿਆ ਜਾਣਾ ਹੈ, ਦੋ ਨੰਬਰ ਗਰਾਊਂਡ ਦੇ ਵਿੱਚ ਸੰਗਰੂਰ ਤੇ ਯੂਪੀ ਸ਼ਾਸਤਰੀ ਦੇ ਬਟੂਸਾ ਕਹਿੰਦੇ ਖੜਕੇ ਦੜਕੇ ਵਾਲਾ ਮੁਕਾਬਲਾ ਹੋਣਾ ਹੈ। ਮੈਂ ਬੇਨਤੀ ਕਰਦਾ ਬਲਾਡੇ ਵਾਲਾ ਨਹੀਂ ਆਈ ਵੀਰੇ, ਬਲਾਡੇ ਵਾਲਾ ਨਹੀਂ ਆਈ, ਬਾਰੂ ਕਿਹੜਾ ਵੀਰੇ, ਬਾਰੂ ਕਿਹੜਾ ਬਾਲ ਵੀ ਮੱਖਣਾ ਬਾਲੀ ਨਵਾਬ ਇੱਕ ਵਾਰੀ ਗੁਰੂ ਦੇ ਸੰਪਰਕ ਮਿਲਣਾ ਜੇਕਰ ਤੁਸੀਂ ਹੈ ਤੇ ਨਵਾਬ ਮਹਿਲ ਖੁਰਦ, ਨਵਾਬ ਮਹਿਲ ਖੁਰਦ ਜੇਕਰ ਤੁਸੀਂ ਹੈ ਮੇਰੀ ਆਵਾਜ਼ ਨੂੰ ਸੁਣਦਾ ਹੋਵੇ ਤੇ ਜ਼ਰੂਰ ਮੇਰੇ ਨਾਲ ਸੰਪਰਕ ਕਰੇ ਮੇਰਾ ਵੀਰ ਨਵਾਬ ਮਹਿਲ ਖੁਰਦ। ਬਾਈ ਯਾਰ ਦੋ ਤੇ ਚੱਲਿਆ ਨੀ ਮੈਂ ਚੱਲੇ ਤੇ ਚੱਲੀ ਜਾਂਦਾ ਚੱਲਦਾ ਉਸ ਜੀ ਚੱਲਦਾ ਮੈਂ ਜੀ, ਤਿੰਨ ਨੰਬਰ ਗਰਾਊਂਡ ਤੇ ਗੁਰਲਾਨ ਚਲਾ ਮੈਚ ਮੇਰਾ ਸਰਵਿਸ ਹੋ ਰਹੀ ਹੈ, ਸਰਵਿਸ ਹੋ ਰਹੀ ਹੈ। ਵਧੀਆ ਵਧੀਆ ਸ਼ੈਲੀ ਵੀਰੇ ਕੀ ਹਾਲ ਨੇ, ਹੈਲੋ ਬਾਈ ਜੀ, ਗੁਰੂ ਦਾ ਲੰਗ ਗੁਰੂ ਦਾ ਲੰਗਰ ਜਿਹੜਾ ਟੁੱਲੇ ਦੇ ਵਿੱਚ ਟੁੱਟ ਵਰਤ ਰਿਹਾ ਤੇ ਮੇਰੀ ਬੇਨਤੀ ਹੈ ਸਾਰੀਆਂ ਟੀਮਾਂ ਨੂੰ ਤੇ ਜਿਹੜੇ ਵੀ ਵੀਰ ਨੇ ਗੁਰੂ ਦਾ ਲੰਗਰ ਛਕਣਾ ਤੇ ਟੁੱਲੇ ਦੇ ਵਿੱਚ ਜਾ ਕੇ ਛਕ ਸਕਦਾ, ਨਾਲ ਵੀ ਯੂਪੀ ਸ਼ਾਸਤਰੀ ਬਾਈ ਜੋਗਿੰਦਰ ਆਪਣਾ ਸਨਮਾਨ ਲੈ ਕੇ ਲੈ ਦੋ ਬਾਈ, ਪ੍ਰਬੰਧਕੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਇੱਕ ਸੋਹਣੇ ਵਾਲ ਪੇਪਰ ਦੇ ਨਾਲ। ਮੈਂ ਬੇਨਤੀ ਕਰਦਾ ਵੀਰੇ ਯੂਪੀ ਸ਼ਾਸਤਰੀ ਆਪਣਾ ਸਨਮਾਨ ਜ਼ਰੂਰ ਪ੍ਰਾਪਤ ਕਰ ਲਵੇ, ਪ੍ਰਦੀਪ ਦਿਉਣ ਲੂਜ਼ ਕਰ ਗਿਆ ਮੈਚ ਵੀਰੇ ਆਇਆ ਸੀਗਾ, ਵੇਟ ਕਰ ਰਹੇ ਵਧੀਆ ਵਧੀਆ। ਪਾਲੀ ਜਰਾ ਕੀ ਹਾਲ ਨੇ, ਪਾਲੀ ਉਪਲੀ ਆਓ ਬਰਾ ਬਾਈ, ਕਰਨ ਕਿੰਨੇ ਹੋ ਗਏ, ਪੰਜ ਦੋ, ਪੰਜ ਬਾਰੇ ਕਾ, ਪੰਜ ਬਾਰੇ ਕਾ ਜੀ, ਦੋ ਯੂਪੀ। ਹੈਲੋ ਲੈ ਵੀ ਉੱਧਰ ਸਹੀਦਾਂ ਚੇਂਜ ਹੋ ਗਈਆਂ, ਚਾਰ ਨੰਬਰ ਗਰਾਊਂਡ ਤੇ ਪਈ ਜੀ ਆਓ ਟੀਮਾਂ ਜੀ, ਅਗਲੀ ਗੱਲ ਗੁਰਲਾਲ ਜੈਮਰ ਸਿੰਘ ਨਾਲ ਕਰੂਗਾ ਜੀ, ਵਧੀਆ ਗੁਰਬਖਸ਼ ਕੀ ਹਾਲ ਨੇ,
ਲੈ ਮੈਚ ਇਧਰਲੇ ਪਾਸੇ ਗਰਾਊਂਡ ਨੰਬਰ 1 ਤੇ ਵੀ ਬਹੁਤ ਤਕੜਾ ਖੇਡਿਆ ਜਾ ਰਿਹਾ। ਇੱਕ ਪਾਸੇ ਬਾਰੇ ਵਾਲੇ ਮੁੰਡੇ ਆ ਤੇ ਦੂਜੇ ਪਾਸੇ ਯੂਪੀ ਦੀ ਟੀਮ ਕਹਿੰਦੇ ਪਹੁੰਚ ਹੋਈ ਆ। ਤਰਨ ਕਿੰਨੇ ਕਿੰਨੇ ਸਕੋਰ ਆ ਦੱਸੀ ਮੇਰਾ ਬਾਈ ਬਣ ਕੇ। ਤਰਨ ਧੌਲਮਾ ਜਿਹੜੇ ਵਾਲਾ ਗਰਾਊਂਡ ਇੰਚਾਰਜ ਹੈ, ਵੱਡੀ ਜ਼ਿੰਮੇਵਾਰੀ ਹੈ ਮੇਰੇ ਛੋਟੇ ਵੀਰ ਦੇ ਸਿਰ ਤੇ। ਤਾਂ ਵੀ ਕਿੰਨੇ ਕਿੰਨੇ ਸਕੋਰ ਹੈ? 5 ਤੇ 3 ਨੰਬਰ ਆ ਜਿਹੜੇ ਅਸਮੀਰ ਜਹਾਂਪੁਰ ਦੀ ਟੀਮ ਦੇ, 5 ਨੰਬਰ ਬਾਰਿਕਾ ਦੀ ਟੀਮ ਦੇ, ਦਿਲਪੁਰੀ ਦੇ ਦਿਲ ਕਨੇਡਾ ਕਲੱਬ ਦੀ ਟੀਮ ਦੇ, 3 ਨੰਬਰ ਦੂਜੇ ਪਾਸੇ ਤਗੜਾ ਭੋਜੂ ਵਾਲੀ ਦੀ ਟੀਮ ਕੋਲ ਹੀ ਹੈ। ਮੈਂ ਚੱਕ ਰਿਹਾ ਵੀ ਢੋਲ ਮਾਜਰ ਵਾਲਾ ਕਦੇ ਬੰਦਿਆਂ ਨੇ ਤੇ ਨਾਲ ਧਨੇਖੇ ਦੀ ਟੀਮ ਵੀ ਬਖੇਡਦੀ ਆ। ਪਰਲੇ ਪਾਸੇ ਮੁਕਾਬਲਾ ਕਹਿੰਦੇ ਤਗੜਾ ਹੈ, ਹੌਲੀ ਹੌਲੀ ਕਰਕੇ ਮੁੰਡੇ ਜਿੱਤ ਦੇ ਨੇੜੇ ਤੇੜੇ ਲੱਗਦੇ ਜਾਂਦੇ ਆ। 4-5 ਤਗੜਾ ਹੈ। ਇੱਕ ਪਾਸੇ ਖਨਾਲ ਦੀ ਸੀ ਟੀਮ ਕੋਲ ਹੀ ਹੈ। ਅੱਜ ਮੈਂ ਚੱਕ ਰਿਹਾ ਵੀ ਨਾਗਰੇ ਪਿੰਡ ਦਾ ਪਿਰਥੂ ਖੇਡਦਾ, ਵਾਲੀਬਾਲ ਦੀ ਦੁਨੀਆਂ ਦਾ ਅਨਮੋਲ ਹੁੰਦਾ, ਇੱਕ ਲੰਬੀ ਪਾਰੀ ਖੇਡਦਾ ਤੁਰਿਆ ਆ ਰਿਹਾ ਨਾਲ ਗੁਰਜੀਤ ਵਰਗੇ ਤੇ ਚੈਲ ਦੇ ਕਦੇ ਵੱਡੀ ਜ਼ਿੰਮੇਵਾਰੀ ਸੈਂਟਰ ਦੇ ਸਾਹਮਣੇ ਹੋਈ ਹੈ। ਦੂਜੇ ਪਾਸੇ ਸੈਕਿੰਡ ਰਾਊਂਡ ਆ ਵੀਰੇ, ਸੈਕਿੰਡ ਰਾਊਂਡ ਦਾ ਕਹਿ ਦਈਏ ਵੀ ਬੱਚਾ ਬੱਚਾ ਵਾਲੀਬਾਲ ਖੇਡਦਾ, ਰਾਜਨ ਥੋੜਾ ਟੀਮ ਕਹਿੰਦੇ ਤਿਆਰ ਕੀਤੀ ਹੈ ਔਰ ਮਿੰਟ ਤੇ ਕਹਿੰਦੇ ਲਾਲਾ ਖੇਡਦਾ। ਦੂਜਾ ਰਾਊਂਡ ਆ ਵੀਰੇ ਲਾਈਵ ਬਾਲੀਵਾਲ ਐਂਡ ਗੱਲਬਾਤ ਸ਼ੇਰੀ ਪੰਜਾਬ ਤੇ ਮਾਲਵਾ ਬੈਲਟ। ਰੈਸਰ ਨਹੀਂ ਆਈ ਵੀਰੇ, ਰੈਸਰ ਨਹੀਂ ਆਈ। ਬਾਂਟੀ ਖੇਡਦਾ ਅੱਜ ਮੇਰੇ ਪਿੰਡ ਵਾਲਾ ਨਾਂ ਪ੍ਰਦੀਪ ਠੁੱਲੀਵਾਲ ਚ। ਚਹਿਲ ਦਾ ਮੈਚ ਵੀਰੇ 3 ਨੰਬਰ ਤੇ ਆ। ਉਧਰ ਪੁਸ਼ਪਿੰਦਰ ਸਿੰਘ ਰਟੌਲ ਭਰਾ ਸਾਡਾ ਜਿਹੜੇ ਚੱਕੜਾ ਦੇ ਟੂਟੇ ਤੇ 50 ਰੁਪਏ ਪਾਣੀ ਵਾਲੇ ਬਾਬੇ ਦਲੀਪ ਤੇ ਫਿਰ 50 ਰੁਪਏ ਅੱਜ ਪਾਣੀ ਵਾਲੇ ਬਾਬੇ ਕੋਲ ਪੁੱਜ ਕੇ ਕਰ ਦਿੰਦੇ ਆ। ਇੱਧਰ ਬੜਾ ਟਾਪ ਦਾ ਮੁਕਾਬਲਾ ਹੈਲੋ ਨਾਲ ਉਧਰਲੇ ਪਾਸੇ 5 ਜਨਵਰੀ ਜਿਹੜੀ ਹੋਗੀ ਕਾਂਗੜਾ ਬਾਦ ਦੇ ਟੂਰਨਾਮੈਂਟ ਨੇ ਭਰਾ ਸਾਡੇ ਪਹੁੰਚੇ ਹੋਏ ਆ। ਬਾਈ ਕਹਿੰਦੇ ਵੀ ਸਾਰੇ ਟੀਮਾਂ ਦੇ ਨਾਲ ਗੱਲ ਕਰਕੇ ਜਿਵੇਂ ਵੀ ਸਲਾਹ ਬਣੇਗੀ ਤਾਂ 5 ਜਨਵਰੀ ਨੂੰ ਕਾਤਰਾ ਬਾਦ ਦੀ ਧਰਤੀ ਤੇ ਖੇਡ ਵਾਲੀਬਾਲ ਦਾ ਵੱਡਾ ਮੇਲਾ ਖੇਡਿਆ ਜਾਵੇਗਾ ਔਰ ਜਿੱਥੇ ਭਰਾ ਸਾਡੇ ਕਹਿੰਦੇ ਵੀ ਆਪਾਂ ਖਨਾਲ ਪਿੰਡ ਦੇ ਜਗੀਰੇ ਦਾ ਵੱਡੇ ਪੱਧਰ ਤੇ ਮਾਨ ਸਨਮਾਨ ਜਿਹੜਾ ਕਰਾਂਗੇ ਕਿਉਂਕਿ ਖਨਾਲ ਪਿੰਡ ਦਾ ਜਗੀਰਾ ਬਹੁਤ ਲੰਬਾ ਟਾਈਮ ਵਾਲੀਬਾਲ ਖੇਡਿਆ, ਬੜਾ ਤਗੜਾ ਖੇਡਿਆ ਤੇ ਜਿਹੜੀ ਖੇਡ ਜਗੀਰੇ ਨੇ ਖੇਡੀ ਆ ਨਾ ਨੈਟ ਤੇ ਉਹ ਨਵੇਂ ਮੁੰਡਿਆਂ ਦਾ ਤੇ ਸੁਪਨਾ ਹੀ ਰਹਿ ਜਾਣਾ ਵੀ ਗੱਲ ਜਿਹੜੀ ਸੱਚੀ ਔਰ ਪੱਕੀ ਹੈ। ਤੇ ਬਾਈ ਕਹਿੰਦੇ ਵੀ ਜਿੰਨੀ ਤਗੜੀ ਜਗੀਰਾ ਖੇਡ ਖੇਡਿਆ ਉਹਦਾ ਉਹਦੀ ਖੇਡ ਦਾ ਮੁੱਲ ਨੀ ਪਿਆ ਬਾਈ ਤੇ ਆਪਾਂ ਉਹਦੀ ਖੇਡ ਦੀ ਜਿਹੜੀ ਕਦਰ ਕਰਦੇ ਹਾਂ ਤੇ ਉਹਦਾ ਮਾਣ ਆਪਾਂ ਜਿਹੜਾ ਆਪਣੇ ਵੱਲੋਂ ਪੂਰਾ ਵੱਧ ਕੇ ਕਰਾਂਗੇ। ਅੱਛੇ ਦੇ ਪਾਤਸ਼ਾਹ ਪਰਮਾਤਮਾ ਕਰੇ ਕਿਰਪਾ, 5 ਜਨਵਰੀ ਜਿਹੜੀ ਕਾਤਰਾਬਾਦ ਦੇ ਬੰਦੇ ਕੱਪ ਦੀ ਹੋਵੇਗੀ ਵੀ ਸੱਦੇ ਲਾ ਰਹੇ ਵਧੀਆ ਸੁਰਜਿੰਦਰ ਵਧੀਆ ਵੀਰੇ
ਸਿਕੰਦਰ ਲੱਭੇ ਦਾ ਭੰਡਾਰੀ ਜੀ ਖੇਡੂਗਾ ਵੀਰੇ, ਲੱਭੇ ਨਾਲ ਤਾਂ ਹੋਈ ਸੀ ਮੇਰੀ ਗੱਲ, ਆਪਾਂ ਬਾਕੀ ਕਰਾਂਗੇ ਕੱਲ ਨੂੰ ਗੱਲ ਹੋਈ। ਆਇਆ ਜੀ ਆਇਆ ਸ਼ਾਸਤਰੀ ਆਇਆ ਵੀ ਜਿਹੜੇ ਵਾਲੀਬਾਲ ਦੇ ਵਿੱਚ ਇੱਕ ਪਾਸੇ ਚੜ੍ਹਦੀ ਉਮਰ ਦੇ ਜਿਹੜੇ ਖਿਡਾਰੀ ਆ, ਨਵੀਂ ਉਮਰ ਦੇ ਮੁੰਡੇ ਆ, ਤੇ ਇੱਕ ਪਾਸੇ ਤਜਰਬਾ ਬੇਸ਼ੁਮਾਰ ਆ ਮੇਰੇ ਮਿੱਤਰੋ। ਮੈਚ ਬੜਾ ਟਾਪ ਦਾ ਖੇਡਿਆ ਜਾ ਰਿਹਾ, ਆਹ ਗੱਲਾਂ ਕਹਿੰਦੇ ਟਿਕਾਣੇ ਲੱਗੀਆਂ ਸੀ ਉਹਦੇ ਬੰਡਿਆਰੀ ਆਊਗੀ ਆਊਗੀ ਵੀਰੇ ਸੇਰ ਨੂੰ ਆਉਂਦੇ ਮੁੰਡੇ ਆ, ਤੇ ਸਿਆਣੇ ਕਹਿੰਦੇ ਵੀ ਕੰਮ ਦੀਆਂ ਸੂਲਾਂ ਦੇ ਲੋ ਤਿੱਖੇ ਹੁੰਦੇ ਆ। ਇੱਕ ਵਾਰੀ ਨੰਬਰ ਤੇ ਸਾਂਝੇ ਕਰੋ ਮੇਰੇ ਬਾਈ, ਲੈ ਵੀ ਨੰਬਰ ਆਪਾਂ ਜ਼ਰੂਰ ਪੁੱਛ ਕੇ ਦੱਸਾਂਗੇ। ਉਧਰ ਮੱਖਣ ਕਹਿੰਦੇ ਹਰ ਰਾਇਪੁਰ ਵਾਲਾ ਖੇਡ ਰਿਹਾ ਅੱਜ ਪਾਰਕਾਂ ਦੀ ਟੀਮ ਵੱਲੋਂ, ਕਰਨੀ ਅੰਕਲ ਹੈ ਵੱਡਾ ਤਜਰਬਾ, ਤੇ ਦੂਜੇ ਪਾਸੇ ਕਹਿੰਦੇ ਸ਼ਮੀਰ ਹੋਰੇ ਵੀ ਅੱਜ ਆਏ ਕਿਸੇ ਗੱਲ ਕਰਕੇ ਹੀ ਹੈ, ਟੀਮ ਕਦੇ ਟਾਪ ਦੀ ਹੈ, ਤੁਹਾਡੇ ਯੂਪੀ ਵਾਲਾ ਦਾ ਪੇਚਾ, ਉਹ ਕਦੇ ਪੰਜਾਬ ਦੇ ਬਾਰਡਰ ਦੀ ਟੀਮ ਦੇ ਨਾਲ ਖੇਡਿਆ, ਪੁੱਛ ਲਾ ਤਰਨ ਨੂੰ ਕਿੰਨੇ ਸੋਰ ਹੈ ਤਰਨ ਦੇ ਕਹਿੰਦੇ ਇੱਕ ਦੀ ਟੱਕਰ ਜਿਹੜੀ ਗਰਾਊਂਡ ਨੰਬਰ 3 ਦੇ ਵਿੱਚ ਹੈ, ਬੜਾ ਚੋਟੀ ਦਾ ਮੁਕਾਬਲਾ ਮੇਰੇ ਵੱਲੋਂ। ਉਧਰ ਮੈਨੂੰ ਲੱਗਦਾ ਵੀ ਅਰਮਾਨ ਆ ਗਿਆ ਮੁੰਡਾ ਸੈਂਟਰ ਦੇ ਵਿੱਚ ਲੈ ਜਾਂਦਾ, ਮੈਚ ਬੜਾ ਟੌਪ ਦਾ, ਇਹਦੇ ਰਾਜੇ ਵਰਗੇ ਚੁਸਨੇ ਵਰਗੇ ਚੋਟੀ ਦੀ ਟੀਮ ਮੁੰਡੇ ਬਣਾ ਕੇ ਲੈ ਕੇ ਆਏ ਆ, ਜਿਹੜਾ ਮੁੰਡਾ ਹੁਣ ਸੈਂਟਰ ਦੇ ਵਿੱਚ ਆ ਗਿਆ। ਸ਼ਾਲੂ ਨਹੀਂ ਹੈਗਾ ਵੀਰੇ, ਪੀਸੀ ਹੋਰੀ ਨੇ ਧਰਤੀ ਦੇ ਵੀ ਲੋਕ ਨੱਚਣ ਲਾਤੇ ਸੀਗੇ, ਵੱਡੀ ਖੇਡ ਆ ਮੁੰਡੇ ਦੀ ਹੈ, ਲੈ ਵੀ ਚੈਲ ਆਹ ਲੋਕਾਂ ਨੇ ਐਵੇਂ ਨੀ ਕਿਹਾ ਵੀ ਜੰਮਦੀਆਂ ਸੂਲਾਂ ਦੇ ਮੂੰਹ ਟਿੱਕੇ ਹੁੰਦੇ ਆ, ਤਿਆਰੀ ਤੇ ਫੜਨੀ ਪਊਗੀ ਵੀ ਕਦੇ ਨਾ ਗਰਾਊਂਡ ਚ ਵੱਜਣ ਖਾਪੀਆਂ। ਸ਼ਾਸਤਰੀ ਦਾ ਮੈਚ 2 ਨੰਬਰ ਤੇ ਹੋਣਾ ਵੀਰੇ, 2 ਨੰਬਰ ਤੇ ਕਦੀ ਤੇ ਉਹਨਾਂ ਦੀ ਆਜ਼ਾਦੀਆਂ ਦਾ ਰੇਟ ਪੁੱਛਣਾ, ਹਾਏ ਜਿੰਨੇ ਵੀ ਸ਼ਰਾਬੇ ਦੀ ਬਾਲ ਕਰਨੀ ਅੰਕਲਾ, ਕੀ ਬਾਤ ਹੈ, ਲੋਟਾ ਦੇ ਪੈਰ ਛੱਡਦੇ ਨਿਸ਼ਾਨ ਚੁੱਕਦੇ ਕਰੂਏ ਦੇ ਕੇਲੇ ਅਫਗਾਨ ਚਿੱਟਦੇ ਤੇ ਕਰੂਆਂ ਦੇ ਨਾਲ ਕੇ ਲਾਹੌਰ ਵੀ ਹੁੰਦੇ ਤੇ ਲਿਵਤਾਂ ਤੇ ਚੱਪੀਆਂ ਨਾਲ ਜਾਣ ਅਣਖਾ ਕਈ ਅਕਲਾਂ ਨੂੰ ਪੈਂਦੇ ਕਦੇ ਕਮਾਲ ਕਰੀ ਜਾਂਦੇ ਆ। ਇੱਕ ਪਾਸੇ ਦਸੌਂਧੀਆਂ ਦੀ ਟੀਮ ਹੈ, ਸਾਡੀ ਟੀਮ ਦਾ ਔਰ ਸੈਂਟਰ ਦੇ ਵਿੱਚ ਮੁੰਡਾ ਕਹਿੰਦੇ ਖੇਡਦਾ ਲਾਲ ਵਾਲੀ ਦੀ ਧਰਤੀ ਦਾ ਜਿਲ੍ਹੇ ਮਾਨਸਾ ਦਾ ਖਿਡਾਰੀ ਹੈ, ਗੱਲਾਂ ਹੁੰਦੀਆਂ ਗੱਭਰੂ ਦੀਆਂ ਝਨੀਰ ਦਾ ਲੱਗ ਹੈ ਖਿਡਾਰੀ ਦਾ ਤੇ ਚਰਚੇ ਹੁੰਦੇ ਆ ਗੱਭਰੂ ਦੇ ਪੰਜਾਬ ਦੇ। ਵਧੀਆ ਵਧੀਆ ਰਵੀ, ਕੀ ਹਾਲ ਨੇ ਬਾਈ, ਉਹਨਾਂ ਦੇ ਜਿੱਤੀ ਬੈਠਾ ਵਾ ਕੋਈ ਗੱਲ ਜਿਹੜੀ ਹੈ ਸੱਚੀ ਆ, ਤੇ ਜਿਹੜੇ ਜਿਹੜੇ ਮੇਲੇ ਬੇਸੀ ਨਾਲ ਖੇਡਦਾ ਉਹ ਮੇਲੇ ਜਿੱਤ ਲੈਂਦਾ ਮੁੰਡਾ, ਕਿਉਂਕਿ ਖੇਡ ਤਕੜੀ ਆ, ਥੋੜਾ ਗਰਾਊਂਡਾਂ ਤੋਂ ਦੂਰ ਰਹਿੰਦਾ। ਔਰ ਦੂਜੇ ਪਾਸੇ ਵੀ ਕਾਂਦਰਾਬਾਦ ਵਾਲੇ ਮੁੰਡੇ ਆਏ ਹੋਏ ਆ, ਕਹਿੰਦੀ ਕਿੰਨੇ ਕੁ ਸਕੋਰ ਰਹਿੰਦੇ ਵੀਰੇ, ਟੀਮਾਂ ਦੇ ਲਈ ਦੇਖੋ ਕਿੰਨਾ ਵਧੀਆ ਵਧੀਆ ਰਵੀ, ਤੂੰ ਦੱਸ ਕੀ ਹਾਲ ਨੇ, ਲਾਲਾ ਲਾਲਾ ਹੋ ਗਈ ਖਾਣਾ ਕਿਆ ਹੱਲ ਜੀ, ਘਰੋ ਘਰੀ ਤੋੜ ਦੇ ਆਓ ਸੁੱਚਾ ਤੇ ਮੱਲ ਜੀ, ਵਿੱਚ ਪੈ ਗਏ ਬੰਦੇ ਕੁਝ ਜ਼ਿੰਮੇਵਾਰ ਜੀ, ਫਿਰ ਸ਼ੁਰੂ ਹੋ ਗਈ ਫਿਰ ਤੋਂ ਆਓ ਦੀ
ਸਾਊਂਡ ਵਾਲਿਆ ਕੱਟ ਨੰਬਰ ਸੁਣਿਆ ਹਾਂ ਇੱਧਰ ਮੈਂ ਤੇ ਸਮਾਪਤਾ ਜੀ ਦਸੌਂਦੀਆਂ ਦੀ ਟੀਮ ਜੇ ਤੁਰੀ ਓਕੇ ਜੀ ਜਨਾਬ ਸ਼ੁਕਰੀਆ ਮਿਹਰਬਾਨੀ ਧਨੀਠਾ ਜਸ਼ਨ ਦੀ ਟੀਮ ਤੇ ਡੇਂਗੂ ਵਾਲ ਰੋਹਿਤ ਦੀ ਟੀਮ ਦਾ ਮੈਚ ਹੈ ਦੋ ਨੰਬਰ ਗਰਾਊਂਡ ਤੇ ਆਓ ਮੇਰਾ ਵੀਰ ਬਣ ਕੇ ਆ ਵੀ ਆਓ ਮੇਰਾ ਵੀਰ ਜਲਦੀ ਨਾਲ ਕਲਾਰਾ ਦੀ ਟੀਮ ਦੇ ਬਰਵੇੜੀ ਰੋਹਿਤ ਦੀ ਟੀਮ ਆ ਇੱਕ ਟੀਮਾਂ ਵੀਰੇ ਸੰਭਵ ਦੇ ਨਾਲ ਅਜੇ ਚਾਹੀਦਾ ਸਤਿ ਸ੍ਰੀ ਅਕਾਲ ਜੀ ਸੁਖਵੀਰ ਵੀਰੇ ਕਿੰਨੇ ਹੋ ਗਏ ਪੁਆਇੰਟ ਬਾਈ ਨੌ ਤਿੰਨ ਨੌ ਤਿੰਨ ਜੀ ਭਣਿਆਰੀ ਦਾ ਮੈਚ ਹੋਣਾ ਵੀਰੇ ਨੀਰਜ ਅਜੇ ਕਾਲਾ ਸੋੜਾ ਭਰਾ ਸਾਡਾ ਪੱਟੀ ਵਾਲੀਆ ਪਾਣੀਆਂ ਵਾਲੇ ਬਾਬੇ ਦੇ ਲਈ ਜਿਹੜੇ ਪੰਜਾਹ ਰੁਪਏ ਦੇ ਫੱਟੇ ਮਾਰ ਭੇਜੇ ਆ ਪਰ ਇੱਧਰ ਵੇਖ ਨੌਜਵਾਨਾਂ ਇਹਨਾਂ ਨੂੰ ਕਹਿੰਦੇ ਸੁਣਿਆ ਜਾਦੂਗਰ ਕਹਿੰਦੀ ਹੈ ਇਹ ਜਾਦੂਗਰ ਕਿਸੇ ਗੱਲ ਨਾਲ ਹੀ ਕਹਿੰਦੀ ਹੈ ਔਰ ਇੱਧਰ ਬਈਏ ਵਾਲੀ ਟੀਮ ਆ ਗਈ ਧਨੇਠੇ ਵਾਲੇ ਮੁੰਡੇ ਆ ਗਏ ਬਾਈ ਹੱਥ ਚੱਕਣ ਧਨੇਠੇ ਰਾਜਨ ਦੀ ਟੀਮ ਹੈਲੋ ਇੱਧਰ ਧਨੇਠੇ ਵਾਲੇ ਮੁੰਡੇ ਵੀ ਆਏ ਹੋਏ ਆ ਚਾਰ ਦੇ ਨੌ ਦੀ ਕਹਿੰਦੇ ਚੱਕਰ ਹੈ ਫੇਰ ਦੇ ਮੈਦਾਨ ਦੇ ਵਿੱਚ ਜਿਹੜੀ ਖੇਡੀ ਜਾ ਰਹੀ ਹੈ ਪਹਿਲੇ ਵੀ ਆਸਾ ਭਰਾ ਸਾਡਾ ਕਹਿੰਦੇ ਬਟੂਸਾ ਪੇਟਾ ਹੈ ਔਰ ਗੱਲਾਂ ਤੋੜ ਗਈ ਬਾਰਾਂ ਤਰੀਕ ਹੋ ਰਹੀਆਂ ਹੈ ਬਟੂਸਿਆਂ ਦੇ ਮੇਲੇ ਦੀ ਤੇ ਚਰਚੇ ਕਹਿੰਦੇ ਵੱਡੇ ਹੋਣਗੇ ਤਿੰਨ ਪੁਆਇੰਟ ਹੈ ਬਾਈ ਅਸਮੀਰ ਕੇ ਤਿੰਨ ਪੁਆਇੰਟ ਹੈ ਲਓ ਸਾਹਮਣੇ ਇੱਧਰ ਮੈਚ ਮੇਰੇ ਮਿੱਤਰ ਬਹੁਤ ਨਾਮ ਦੇ ਖੇਡੇ ਜਾਣਗੇ ਬਿੰਦਰੀ ਬਾਲ ਫੜੀ ਮੇਰਾ ਬਾਈ ਹੈ ਦੋਨੋਂ ਟੀਮਾਂ ਆ ਗਈਆਂ ਮੇਰੇ ਸੋਹਣੇ ਵੀਰ ਫੜ ਬਾਲ ਮੇਰਾ ਬਾਈ ਬਣ ਕੇ ਇੱਧਰ ਮੈਚ ਆਪਾਂ ਕਰਵਾ ਦਈਏ ਉੱਧਰ ਮੈਂ ਦਿਲੋਂ ਧੰਨਵਾਦ ਕਰਦਾ ਬਾਈ ਸੋਖਾ ਯੂਐਸਏ ਵਾਲਾ ਭਰਾ ਤੁਹਾਡਾ ਧਨੇਠਾ ਪੈਂਦਾ ਹੈ ਸਾਡੇ ਵੀਰ ਦਾ ਰਹਿਣ ਵਿੱਚ ਯੂਐਸਏ ਦੇ ਨਾਲ ਬਾਈ ਜੈਮਲਾ ਭਰਾ ਤੁਹਾਡਾ ਵੱਡਾ ਵੀਰ ਇਹਨਾਂ ਫੁੱਲਾਂ ਦੇ ਲਈ ਭਰਾ ਤੁਹਾਡੇ ਨੇ 1100 ਦੇ ਵੱਡੇ ਮਾਨ ਭੇਜੇ ਆ ਨਾਲ ਤਲਵੰਡੀ ਵਾਲੇ ਪ੍ਰਸ਼ਾਦ ਦੇ ਲਈ ਜਿਹੜੇ ਉਹ 500 ਦੇ ਵੱਡੇ ਮਾਨ ਭੇਜੇ ਆ ਮੈਂ ਦਿਲੋਂ ਧੰਨਵਾਦ ਕਰਦਾ ਸਾਡੇ ਵੱਡੇ ਵੀਰ ਦਾ ਜਿਹੜੇ ਭਰਾਵਾਂ ਵੱਲੋਂ ਇਹਨਾਂ ਫੁੱਲਾਂ ਦੇ ਵੱਡੇ ਮਾਨ ਕੀਤੇ ਗਏ ਆ ਬਾਈ ਸੁੱਖ ਯੂਐਸਏ ਭਰਾ ਸਾਡਾ ਧੰਨਵਾਦ ਹੈ ਔਰ ਇਹਨਾਂ ਫੁੱਲਾਂ ਦੇ ਲਈ ਵੱਡੇ ਮਾਨ ਭੇਜੇ ਸਾਡੇ ਵੀਰ ਬਹੁਤ ਵੱਡਾ ਧੰਨਵਾਦ ਹੈ ਲੋ ਜੀ ਗੁਰੂ ਧਾਲ ਮਾਜਰਾ ਵਾਲਾ ਇੱਕ ਮਿੰਟ ਆ ਕੇ ਸੋਚੋ ਸੰਪਰਕ ਕਰੇ ਗੁਰੂ ਧਾਲ ਮਾਜਰਾ ਬਾਲੀ ਗਵਨ ਆਪਣੀ ਚਾਬੀ ਮੇਰੇ ਕੋਲ ਪ੍ਰਬੰਧ ਹੋ ਗਿਆ ਜੀ
ਸਾਡੇ ਜੋਗਰੀ ਅਸੀਂ ਗੱਡੀ ਚ ਲੈ ਕੇ ਜਾਂਦੇ ਬਾਲੇ ਆਈ ਕਹਿੰਦੇ ਨੇ ਸਾਰੇ ਰੌਲਾ ਤਾਂ ਇੱਥੇ ਪੈਂਦਾ ਫਿਰ ਮੈਨੂੰ ਕਹਿੰਦੇ ਨੇ ਮੂਵ ਨਹੀਂ ਲੈ ਕੇ ਆਉਂਦਾ ਦਿੰਦੇ ਨੀ ਦੱਬ ਕੇ ਤਾਕੜੇ ਪਲੇਅਰਾਂ ਨਾਲ ਹੀ ਫਰਕ ਪੈਂਦਾ ਟੀ ਟੂ ਉਸਤਾਦ ਕੀ ਹਾਲ ਨੇ ਕਰੀ ਬੜ ਸਕਦਾ ਮੇਰਾ ਵੀਰ ਜਿਹੜਾ ਕਰਾ ਰਿਹਾ ਮੈਂ ਇਸੇ ਨੂੰ ਮੇਰਾ ਬਾਈ ਬਣ ਕੇ ਨਵੇਂ ਉੱਧਰ ਜਹਾਨ ਪੂਰਾ ਯੂਪੀ ਵਾਲੇ ਮੁੰਡੇ ਖੇਡਦੇ ਆ ਤੇ ਦੂਜੇ ਪਾਸੇ ਟੀਮ ਕਹਿੰਦੇ ਸਾਰੇ ਗੇਮ ਜ਼ਿਲ੍ਹਾ ਫਾਜ਼ਿਲਕਾ ਮੁੰਡਿਆਂ ਨੂੰ ਇਹ ਮੁੰਡੇ ਉੱਥੋਂ ਚੱਲ ਕੇ ਆਏ ਆ ਜਿਹੜੇ ਪਿੰਡਾਂ ਤੋਂ ਗਾਂ ਬਾਈ ਜੀ ਹੋ ਜਾਂਦਾ ਜਿਹੜੇ ਇੱਕ ਨੰਬਰ ਗਰਾਊਂਡ ਦੇ ਵਿੱਚ ਖੇਡਦੇ ਮੁੰਡੇ ਸਾਰੇ ਕਾ ਲਿਖਿਆ ਹੋਇਆ ਇਹ ਮੁੰਡੇ ਕਹਿੰਦੇ ਉੱਥੇ ਚੱਲ ਕੇ ਆਏ ਆ ਨੰਦਗੜ ਹਰ ਗਈ ਵੀਰੇ ਨੰਦਗੜ ਸੱਤਾ ਨਹੀਂ ਆਇਆ ਸਹੇਲੀ ਅੱਜ ਵੀਰੇ ਸੱਤਾ ਨਹੀਂ ਆਇਆ ਕਰ ਲਾ ਕਰ ਲਾ ਬਸ ਕਰ ਲਾ ਨਹੀਂ ਕਹਿਣਾ ਪਹਿਲਾ ਪ੍ਰਮੋਟਰ ਭਰਾ ਸਾਡਾ ਦਿਲਬਰੀ ਤੇ ਦਿਲ ਕਨੇਡਾ ਸਾਡੇ ਵੀਰ ਦਾ ਹੁਣ ਅੱਜ ਕੱਲ ਵਿੱਚ ਕਨੇਡਾ ਦੇ ਭਰਾ ਵੀ ਜਿਹੜਾ ਜਿਹੜੇ ਸਬੰਧ ਜ਼ਿੰਦਗੀ ਦਾ ਬੜਾ ਪਿਆਰਾ ਵੀਰ ਹੈ ਪਰ ਇੱਧਰ ਮੈਚ ਜਿਹੜਾ ਉਹ ਬੜਾ ਜਾਨ ਨਾਲ ਖੇਡਿਆ ਜਾ ਰਿਹਾ ਰੌਲਾ ਰੱਪਾ ਪਾਇਆ ਮੁੰਡਿਆਂ ਨੇ ਤੇ ਕਿਵੇਂ ਆ ਵੀ ਮੁੰਡੇ ਜਿਹੜੇ ਹੈਲੋ ਵੀਰੇ ਮਿਊਜ਼ਿਕ ਬੰਦ ਕਰ ਲਿਓ ਕਿਹਦੇ ਫੋਨ ਤੇ ਚੱਲ ਰਿਹਾ
ਕੱਟ ਕਰ ਲੈ ਵੀ ਆਵਾਜ਼ ਰੋਕ ਦੇ ਬੁਰੀ ਬੁਰੀ ਧਾਰ ਮਾਜਰਾ ਰੋਕ ਦੇ ਬੁਰੀ ਦਿਲਸ਼ਾਦ ਇੱਥੇ ਦੋ ਨੰਬਰ ਜਾਣ ਕਰਾਉਣਾ ਭਾਈ ਆ ਗਏ ਜੀ ਯੂਪੀ ਵਾਲੇ ਮੁੰਡੇ ਵੀ ਆ ਗਏ ਸੰਦੂਰ ਵਾਲੇ ਵੀ ਆ ਗਏ ਬਾਈ ਜੀ ਕਰਾਓ ਮੈਚ ਥੋੜੇ ਵੀਰ ਗੁੱਸਾ ਨਾ ਕਰੋ ਕਿਹੜੀ ਗੇਮ ਮੈਂ ਮੈਟ ਬੋਲਦਾ ਸੀ ਵੀਰੇ ਦੋਵੇਂ ਟੀਮਾਂ ਆ ਗਈਆਂ ਬਾਈ ਤੁਹਾਡਾ ਅਗਲੇ ਹੀ ਖਿਲਾਵਾਂਗੇ ਮੈਚ ਆਪਾਂ ਬਾਈ ਜੀ ਦੋਵੇਂ ਟੀਮਾਂ ਆ ਗਈਆਂ ਯੂਪੀ ਵਾਲੇ ਮੁੰਡੇ ਸੁੱਖੇ ਤੂੰ ਤੇ ਕੁਝ ਨੀ ਕਹਿ ਸਕਦਾ ਮੇਰਾ ਵੀਰ ਜਿੰਦਰ ਆਇਆ ਵੀਰੇ ਆਇਆ ਜਿੰਦਰ ਆਇਆ ਬਾਈ ਆ ਮੇਰਾ ਵੀਰ ਤੇਰਾ ਤੇ ਧੰਨਵਾਦ ਹੀ ਹੈ ਛੋਟੂ ਨਹੀਂ ਆਇਆ ਵੀਰੇ ਨਹੀਂ ਆਇਆ ਛੋਟੂ ਨਹੀਂ ਆਇਆ ਯੂਪੀ ਦਾ ਮੈਚ ਵਾਲੀਬਾਲ ਐਂਡ ਗੱਲਬਾਤ ਤੇ ਬਾਈ ਜੀ ਸ਼ਾਸਤਰੀ ਬਾਈ ਜੀ ਚੱਲੋ ਮੈਚ ਆਪਣਾ ਕਾਹਨੂੰ ਕਰਾਇਆ ਮੇਰਾ ਵੀ ਮੈਚ ਕਲੀਅਰ ਸੰਗਰੂਰ ਵਾਲੇ ਮੁੰਡੇ ਵੀ ਖੜੇ ਆ ਪਹਿਲਾਂ ਵੀ ਸੋਢੀ ਅੰਦਰ ਲੱਗਿਆ ਨੇੜੇ ਤੇਰੇ ਕੰਮ ਮੇਰਾ ਵੀ ਦੱਸੀ ਜ਼ਰੂਰ ਸਾਈਡਾਂ ਚੇਂਜ ਆ ਜੀ ਠੀਕ ਹੈ ਜੀ ਲਾ ਵੀ ਇੱਕ ਤੇ ਵੀ ਬੋਲੋ ਜੀ ਕੋਡ ਹਰ ਗਈ ਵੀਰੇ ਹਰ ਗਈ ਪੁਆਇੰਟ ਪੁੱਛਦੇ ਆ ਵੀਰੇ ਭਨਿਆਰੀ ਹੈਗੀ ਆ ਵੀਰੇ ਵਾਹ ਚਲੋ ਅੰਡੀ ਵਾਲੇ ਮਿਲ ਕੇ ਕੀ ਸਕੋਰ ਹੋ ਗਏ ਦੇ ਬਟੂਫੇ ਦਾ ਮੈਚ ਖੇਡਣ ਆ ਵੀਰੇ ਚੈਨਿਆਲ 15 ਦੱਸ ਪੰਜ ਇਹਨੂੰ ਵੀ ਕਰਦੇ ਸੋਹਣੀ ਮਿੰਟ ਅਗਲਾ ਮੈਚ ਦਾ ਚੈਨੀ ਲੱਗਦਾ ਹੋਣ ਗਿਆ ਚੈਨਿਆਲ ਤੇ ਬਟੂਫੇ ਦੀਆਂ ਟੀਮਾਂ ਦਾ ਉਹ ਜਿਹੜਾ ਅਗਲਾ ਮੈਚ ਵਾਲਾ ਵੀ ਅਮਰੀਕ ਲੱਗ ਰਹੇ ਮੇਰਾ ਵੀ ਤੇਰੇ ਤੇਰੇ ਹਾਂ ਪਾਰੇ ਕੇ ਟੁੱਟਵਾ ਕਹਿੰਦੇ ਪ੍ਰਕਾਸ਼ ਬਾਠਾ ਨਹੀਂ ਆਈ ਵੀਰੇ ਨਹੀਂ ਆਈ ਗੱਲਾਂ ਸੁਣਦੀਆਂ ਨੇ ਉਹ ਕਹਿੰਦੇ ਬਾਰੇ ਕਲਾ ਵਿਕਾਸ ਆਇਆ ਹੋਇਆ ਵੱਡਾ ਮਾਲਾ ਹੈ ਇਹਨਾਂ ਗਰਾਊਂਡਾਂ ਦਾ ਚੜ੍ਹਦੇ ਵੱਡੇ ਹੁੰਦੇ ਆ ਹੈਲੋ ਬਈ ਜੀ ਭਨਿਆਰੀ ਦੇ ਬੋੜਾਲ ਦੀਆਂ ਟੀਮਾਂ ਆਓ ਜੀ ਭਨਿਆਰੀ ਦੇ ਪਲਾਵ ਟੀਮ ਨੰਬਰ 3 ਜੀ ਔਰ ਬੋੜਾਲ ਦੀ ਏ ਟੀਮ ਦੇ 10,000 ਕੇ 4 ਨੰਬਰ ਗਰਾਊਂਡ ਦੇ ਵਿੱਚ ਆ ਜਾਓ ਦੁਬਾਰਾ ਜੀ ਬੋੜਾਵਾਲ ਏ ਤੇ 10,000 ਕੇ ਗਰਾਊਂਡ ਨੰਬਰ 4 3 ਨੰਬਰ ਗਰਾਊਂਡ ਵਿੱਚ ਬੋੜਾਲ ਦੀ ਬੀ ਟੀਮ ਦੇ ਸਕੋਰ 10 11 5 ਅਰਸ਼ 11 ਬਾਰੇ ਕਾ 5 ਯੂਪੀ ਬਹੁਤ ਬਹੁਤ ਧੰਨਵਾਦ ਆ ਇਹਦੇ ਮੁਕਾਬਲੇ ਬੜੇ ਟਾਪ ਦੇ ਖੇਡੇ ਜਾ ਰਹੇ ਨੇ ਉਧਰ ਤੁਹਾਡਾ ਪਿੰਡ ਦਾ ਭਰਾ ਸਾਡੇ ਦਾ ਸੁਪਰਾ ਨਾਮ ਆ ਬੜਾ ਪਿਆਰਾ ਵੀਰੇ ਜ਼ਿੰਦਗੀ ਦਾ ਚੱਲਦੇ ਸਮੇਂ ਦਾ ਇੱਕ ਟਾਪ ਦਾ ਨੈਟ ਮੈਨਾ ਭਰਾ ਸਾਡਾ ਔਰ ਅੱਜ ਦੇ ਸਵੇਰੇ ਖੇਡ ਬੋਲੇ ਦਾ ਲਾਈਵ ਜੁੜਿਆ ਹੋਇਆ ਲੈ ਵੀਰੇ ਤੁਹਾਨੂੰ ਧੰਨਵਾਦ ਆ ਸੋਹਣੇ ਤੇਰੇ ਅੱਜ ਦੇ ਇਸ ਵੱਡੇ ਮੇਲੇ ਦਾ ਸੁਣ ਕੇ ਹਾਜੀ ਵਾਹ ਲਾ ਵੀ ਗੁਰਲਾਲ ਇੱਕ ਮੁੰਡਾ ਖੇਡੀ ਜਾਂਦਾ 4 ਨੰਬਰ ਗਰਾਊਂਡ ਦੇ ਵਿੱਚ 4 ਨੰਬਰ ਗਰਾਊਂਡ ਦੇ ਬਾਈ ਇੱਕ ਮੁੰਡਾ ਖੇਡੀ ਜਾਂਦਾ ਥੋੜੇ ਦਿਨ ਪਹਿਲਾਂ ਆਹ ਮੁੰਡਾ ਉਹਨਾਂ ਘੁੰਮ ਕੇ ਆਇਆ ਬਾਈ ਜੀ ਉਹ ਘੁੰਮ ਕੇ ਵੀ ਕਿਵੇਂ ਆਇਆ ਇਹ ਮੁੰਡੇ ਨੇ ਇੱਕ ਟੂਰਨਾਮੈਂਟ ਦੇ ਲੱਗਿਆ ਸੀ ਵੀ ਜੇ ਰਾਏਕੋਟ ਵਾਲਾ ਜਿੰਦਰ ਮੈਚ ਜਿਤਾਉਂਦਾ ਰਾਏਸਰ ਦੀ ਟੀਮ ਤੋਂ ਰਾਮਕੋਟ ਹਰ ਗਈ ਵੀਰੇ ਹਰ ਗਈ ਸੀ ਰਾਏਸਰ ਤੋਂ ਉਪਲੀ ਦੇ ਟੂਰਨਾਮੈਂਟ ਤੇ ਉੱਥੇ ਸਕੀਮ ਲੱਗੀ ਸੀ ਵੀ ਆਪਾਂ ਥਾਈਲੈਂਡ ਦੀਆਂ ਟਿਕਟਾਂ ਕਰਾ ਦਾਂਗੇ ਆਹ ਜਿਹੜਾ ਮੇਲਾ ਉਪਲੀ ਉਸ ਤੋਂ ਪਹਿਲਾਂ ਜਿਹੜਾ ਮੇਲਾ ਹੋਇਆ ਸੀਗਾ ਤੇ ਮੁੰਡਿਆਂ ਨੇ ਉਹ ਮੈਚ ਜਿੱਤਿਆ ਤੇ ਜਿੰਦਰ ਦੇ ਗੋਪੀ ਮੇਰੇ ਮਿੱਤਰ ਇੱਕ ਦੋ ਦਿਨ ਪਹਿਲਾਂ ਹੀ ਥਾਈਲੈਂਡ ਘੁੰਮ ਕੇ ਆਏ ਆ ਮੁੰਡੇ
ਬਹੁਤ ਬਹੁਤ ਮੁਬਾਰਕਾਂ ਨੇ ਜਿੰਦਰ ਖੇਡੀ ਆਉਂਦਾ ਰਾਏਕੋਟ ਵਾਲਾ ਲਾਡੀ ਨਾਲ ਫੱਟੇ ਦੇ ਕਹਿੰਦੇ ਕਿੱਲਰ ਵੀ ਆ ਰਹੀ ਹੈ ਤੇ ਨਾਲ ਕਹਿੰਦੇ ਬਈ ਵਾਲ ਪਿੰਡ ਦਾ ਕਹਿੰਦੇ ਸਾਧੂ ਆਇਆ ਹੋਇਆ ਹੈ ਅੱਜ ਦੇ ਟਾਈਮ ਦਾ ਵੀ ਮੁੰਡਾ ਬੜਾ ਟੌਪ ਦਾ ਖਿਡਾਰੀ ਬਣ ਗਿਆ ਉਹ ਕਹਿੰਦੇ ਸਾਧੂ ਬਈ ਵਾਲ ਦੀ ਧਰਤੀ ਦਾ ਨਾਲ ਜੱਸੂ ਹੈ ਤੇ ਨਾਲ ਕਹਿੰਦੇ ਜਿੰਪ ਦੀਆਂ ਤੇ ਸਾਹਮਣੇ ਬਾਰੇਕਾ ਤੇ ਯੂਪੀ ਦੀ ਟੀਮ ਆ ਯੂਪੀ ਅਸਮੀਰ ਅਰਜਣ ਥੋੜਾ ਜਿਹਾ ਕੱਠ ਦਾ ਚੱਕਰ ਇਹ ਪੈਂਦਾ ਮੈਚ ਲੇਟ ਟਾਲ ਦੇਣੇ ਨਾ ਉਹਦੇ ਕਰਕੇ ਫਰਕ ਪੈ ਜਾਂਦਾ ਇੱਕ ਨੰਬਰ ਗਰਾਊਂਡ ਦੇ ਬਟੂਹਾ ਦੇ ਚੈਨਿਆਲ ਤੇ ਮੁੰਡੇ ਵੀਰੇ ਆਪਣੀ ਤਿਆਰੀ ਕਰ ਲੋ ਮੈਂ ਬੇਨਤੀ ਕਰੂੰਗਾ ਚਾਰ ਦੇ ਲਈ ਬਹਿਣੀ ਅਰਜਣਾ ਹੋਰ ਰਸ ਕੀ ਹਾਲ ਨੇ ਇੱਕ ਬਾਰ ਦਾ ਕਹਿੰਦੇ ਟੌਪ ਦਾ ਕੱਪ ਵੇਖੋ ਕਿੱਡੀ ਮਾੜੀ ਗੱਲ ਇੱਡੇ ਵਧੀਆ ਪ੍ਰਬੰਧ ਕੀਤੇ ਵੀ ਰਹਿੰਦੇ ਲੰਗਰ ਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਬਈ ਵੀ ਹਰੇਕ ਗੁਰੂ ਪੀਰ ਦੀ ਜਗ੍ਹਾ ਤੇ ਕਿਤੇ ਵੀ ਮੇਰਾ ਵੀ ਏਕਾ ਜਾਣਾ ਬੜੀ ਮਾੜੀ ਗੱਲ ਹੈ ਬਾਈ ਜੀ ਇੱਥੇ ਕੰਪਲੇਂਟ ਆਈ ਹੈ ਵੀਰੇ ਤਿੰਨੇ ਕੋ ਕਈ ਵੀਰ ਇੱਥੇ ਡਰਿੰਕ ਕਰਕੇ ਜਾ ਰਹੇ ਆ ਬਾਈ ਜੀ ਟਿੱਲੇ ਦੇ ਮੇਰਾ ਵੀਰ ਭਰਾਵਾਂ ਦੇ ਵੱਲੋਂ ਬੇਨਤੀ ਹੈ ਜੇ ਕੋਈ ਹੁਣ ਮੇਰਾ ਵੀਰ ਡਰਿੰਕ ਕਰਕੇ ਟਿੱਲੇ ਦੇ ਜਾਊਗਾ ਵੀਰੇ ਉਹ ਆਪਾਂ ਕਰ ਦਿੱਤੀ ਗਈ ਮੇਰਾ ਵੀਰ ਹੁਣ ਆਪਣਾ ਧਿਆਨ ਤੁਸੀਂ ਆਪ ਰੱਖੋ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੋ ਗਈ ਜ਼ਰੂਰ ਜ਼ਰੂਰ ਬਾਈ ਵੈਲਕਮ ਟੂ ਇੰਡੀਆ ਅਰਜਣਾ ਜ਼ਰੂਰ ਆ ਜਾ ਵੀਰੇ 2 ਨੰਬਰ ਗਰਾਊਂਡ ਦੇ ਵਿੱਚ ਵੀ 40 ਸਾਲੇ ਟੂਰਨਾਮੈਂਟ ਖੇਡਣੇ ਨੇ ਆਪਾਂ ਹੁਣ ਹਰਵਿੰਦਰ ਵੀ ਆ ਭਰਾ ਸਾਡਾ ਨਾਮ ਸੁਣਦਾ ਹਰ ਟੀਕੂ ਵਰਗੇ ਮੰਦਾ ਖੇਡਦਾ ਤੇ ਠੀਕ ਦੇ ਕਹਿੰਦੇ ਵੱਡੇ ਕਰਕੇ ਹੁੰਦੇ ਆ ਹਰ ਸਾਡੇ ਭਰਾ ਦੇ ਲਈ ਜੀਤ ਹੋਣੀ ਸਾਡੇ ਵੱਡੇ ਵੀਰ ਦੇ ਹੋਏ ਆ ਅੱਜ ਦੇ ਸਬੰਧੇ ਖੇਡ ਮੇਲੇ ਵਿੱਚ ਹਰਵਿੰਦਰਾ ਬੜੇ ਲੰਬੇ ਸਮੇਂ ਦਾ ਦਰਸ਼ਨ ਦਿੱਤੇ ਆ ਤੇ ਜਦ ਉਹ ਮਿਲ ਕੇ ਜ਼ਰੂਰ ਜਾਵੇ ਮੇਰਾ ਭਰਾ ਮਿਲ ਕੇ ਰਹੇ ਜੀ ਗੁਰਲਾਲ ਲੁੰਡੇ ਹਾਂ ਉਹਨਾਂ ਦਾ ਵੀ ਧੰਨਵਾਦ ਆ ਮਧੂ ਵਰਗੇ ਟੀਕੂ ਵਰਗੇ ਹਰ ਮੰਗੇ ਦੇ ਕਹਿੰਦੇ ਚਰਚੇ ਜੱਜ ਗਹਿਣ ਦੇ ਵਿੱਚ ਹੁੰਦੇ ਆ ਨਾਲ ਯੂਪੀ ਸ਼ਾਸਤਰੀ ਦੀ ਟੀਮ ਇੱਕ ਪੱਟੀ ਟੀਮ ਹੈ ਹਰ ਰੌਲਾ ਰੱਪਾ ਕਹਿੰਦੇ ਵੱਡੇ ਪੱਧਰ ਦੇ ਸੋਧੀ ਬੁੱਕ ਗਿਆ ਮੈਡ ਬਾਈ ਇੱਥੇ ਰਹਿੰਦਾ ਹਜੇ ਹਲੇ ਚੱਲਦਾ ਕੋਈ ਰੌਲਾ ਰੱਪਾ ਪੈ ਗਿਆ ਕੀ ਗੱਲ ਹੋ ਗਈ ਕੀ ਚੱਕਰ ਹੋ ਗਿਆ ਸੱਟ ਲੱਗੀ ਮਾੜੀ ਜੀ ਮੁੰਡੇ ਦੇ ਸੱਟ ਲੱਗੀ ਬਈ ਬਈ ਵੇਖੋ ਯਾਰ ਮੇਰਾ ਵੀਰ ਬਾਈ ਕਲਾਬਾਂ ਦੇ ਭਰਾ ਜਾਇਓ ਵੀ ਲੈ ਵੀ ਚਾਰ ਦੇ ਵੀ ਮੇਰਾ ਵੀਰ ਇੱਕ ਵਾਰੀ ਵੇਖੋ ਜ਼ਰੂਰ ਜਾਇਓ ਹੁਣ ਉਹੀ ਚਾਹੀਦਾ ਉਹ ਕੰਮ ਚਲਾਇਆ ਆਪਾਂ ਜਾਇਓ ਮੇਰਾ ਵੀਰ ਉੱਧਰ ਦੱਸੇ ਚਲਾਈ ਵੀਰ ਦੇ ਸੱਟ ਵੱਜੀ ਯਾਰ ਜਾਇਓ ਮੇਰਾ ਵੀਰ ਬਣ ਕੇ ਇੱਕ ਵਾਰੀ ਵੇਖੋ ਜ਼ਰੂਰ ਬਾਈ ਠੀਕ ਹੈ ਮੁੰਡਾ ਕਿੰਨੇ ਹੋ ਗਏ ਮਿਲ ਕੇ ਸੱਤ ਵਾਰਾਂ ਸੱਤ ਵਾਰਾਂ ਹੋ ਗਈ ਸੱਤ ਵਾਰਾਂ ਸ਼ਾਸਤਰੀ ਦਾ ਮੈਚ ਹੇਮੰਤ ਜੀ ਹੈਗਾ ਗਾ 2 ਨੰਬਰ ਤੇ ਬਾਲੀਵਾਲ ਐਂਡ ਗੱਲਬਾਤ ਪੇਜ ਤੇ ਜੀ
ਲੰਬੜਦਾਰ ਲੰਬੜਦਾਰ ਹੇਮੰਤ ਟੰਡਨ ਦੀ ਲਾਈਵ ਆ ਹੇਮੰਤ ਟੰਡਨ ਹੇਮੰਤ ਟੰਡਨ ਜੀ ਸ੍ਰੀ ਹੇਮੰਤ ਟੰਡਨ ਜੀ ਰੋਪੜ ਵਾਲੇ ਵੀ ਲਾਗਰੇ ਬੈਠੇ ਆ ਤੇ 23 ਨਵੰਬਰ ਨੂੰ ਕਹਿੰਦੇ ਲੰਗਰ ਸਾਹਿਬ ਮੀਡੀਅਮ ਦਾ ਮੇਲਾ ਹੈ ਖੁੱਲੇ ਸੱਦੇ ਲੈ ਰਹੇ 23 ਨਵੰਬਰ ਨੂੰ ਹੇਮੰਤ ਟੰਡਨ ਜੀ ਕਹਿੰਦੇ ਰੌਣਕ ਵੱਡੀ ਲੱਗੂਗੀ ਰੋਪੜ ਦੇ ਵਿੱਚ ਫਿਰ ਮਾਰਚ ਮਹੀਨੇ ਦੇ ਵਿੱਚ ਮੈਂ 3 ਨੰਬਰ ਹੱਲਾ ਗੁੱਲੇ ਕਰਾ ਦਿਆਂਗੇ ਗੱਲਾਂ ਫੋੜ ਗਿਆ ਹੇਮੰਤ ਟੰਡਨ ਜੀ ਉਹ ਵੀ ਕਹਿੰਦੇ ਲਾਈਵ ਤੇ ਆ ਗਿਆ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਮੈਚ ਬੋਤੇ ਹੀ ਤਗੜਾ ਹੈ ਹਫ਼ਤੇ ਮੈਂ ਟੀਮਾਂ ਕਿਤੇ ਵੀ ਤਗੜੀਆਂ ਤੇ ਟੰਡੇ ਵੀ ਮੈਚ ਹੈ ਚੋਟੀ ਦਾ ਰਾਜਨ ਆਇਆ ਹੋਇਆ ਕਹਿੰਦੇ ਮਰਘੋੜੀ ਵਾਲਾ ਟੀਮ ਨੂੰ ਲੈ ਕੇ 2 ਨੰਬਰ ਦੇ ਵਾਲੀਬਾਲ ਐਂਡ ਗੱਲਬਾਤ ਵੀ ਕਹਿੰਦਾ ਤੇ ਸਿਰੇ ਪੰਜਾਬੀ ਦੇ ਤੇ ਬੱਦੀਆਂ ਬਜਾ ਕੇ ਤੂੰ ਲਾਲੇ ਨੂੰ ਨਹੀਂ ਜਾਣਦੀ ਮਰਘੋੜੀ ਵਾਲਾ ਕਹਿੰਦੇ ਲਾਲਾ ਵੀ ਆਇਆ ਹੋਇਆ ਆਹ ਗੱਲਾਂ ਕਹਿੰਦੇ ਸੁਣਦੀਆਂ ਨੇ ਦੂਰ ਵਾਲੀ ਕੋਈ ਚਿਪਕ ਦਾ ਕੋਈ ਬਰਗਰ ਕੁਲਚਾ ਖਾ ਲੈਣੇ ਹੋਰ ਕੀ ਆ ਹੁਣ ਦੂਜੀ ਟੀਮ ਨਵੀਂ ਹੈਗੀ ਪਤਾ ਨੀ ਹੈਗਾ ਲੱਗੀ ਹੋਈ ਚੱਲ ਦੇ ਮੈਚ ਤੇ 1100 ਦੇ ਦਿਆਂਗੇ ਜੇ ਰਾਜਨ ਸਿਰ ਨਾਲ ਬਾਲ ਮੋੜਦਾ ਲੈ ਵੀ ਇੱਥੇ ਰਾਖਾ ਉਹਦੇ ਬਾਲੇ ਸੋਟਾ ਰਾਹੁਲ ਸਾਹਮਣੇ ਇੱਧਰ ਮੁਕਾਬਲੇ ਜਿਹੜੇ ਬੜੇ ਤਕੜੇ ਖੇਡੇ ਜਾ ਰਹੇ ਨੇ ਟੀਮਾਂ ਮੇਰੇ ਮਿੱਤਰੋ ਅੱਜ ਦੇ ਸੁਖੱਟੇ ਖੇਡ ਮੋਦੇ ਦੇ ਉੱਤੇ ਬੜੀਆਂ ਟੌਪ ਦੀਆਂ ਪੁੱਜੀਆਂ ਹੋਈਆਂ ਨੇ ਵੱਡਾ ਧੰਨਵਾਦ ਆ ਮਰਦੇੜੀ ਵਾਲੇ ਗਵਾਂਢੀ ਪਿੰਡ ਦਾ ਸੁਣਿਓ ਜੇ 19-21 ਹੋ ਗਈ ਫਿਰ ਸਾਰਾ ਮੇਲਾ ਮੁੱਕਣਾ ਮਾਂ ਬਣ ਕੇ ਦੇਖਣਾ ਪੈਣਾ ਆਓ ਬੱਲੇ ਬੱਲੇ ਤੇ ਸੁਣਿਆ ਉਹ ਬੁੜੀਆਂ ਨੂੰ ਪਤਾ 2 ਨੰਬਰ ਗਰਾਊਂਡ ਚ ਸੂਰਜਾ ਮਰਦੇੜੀ ਪਿੰਡ ਦੇ ਵਿੱਚ ਕਿੰਨੀਆਂ ਕਟੀਮਾਂ ਬਣਦੀਆਂ ਪਥਰੇੜੀ ਕਾ ਮੈਚ ਪਤਾ ਨਹੀਂ ਬਈ ਮੈਨੂੰ ਲੱਗਦਾ ਵੀ ਗੱਭਰੂ ਕਹਿੰਦੇ ਰਾਜਨ ਆ ਗਿਆ ਨਾਲ ਇਧਰ ਅਰਮਾਨ ਵਰਗੇ ਆ ਉਹ ਜਸਨੇ ਵਰਗਿਆਂ ਦਾ ਸਿੱਟਾ ਚੱਲਦਾ ਇਹਨਾਂ ਗਰਾਊਂਡਾਂ ਦੇ ਵਿੱਚ ਲੈ 2 ਨੰਬਰ ਪਤਾ ਨੀ ਖਾਣ ਆਉਂਦੀ ਜਾਂਦੀ ਬਾਲ ਫੜੇ ਨਾ ਯੂਪੀ ਯਾਤਰੀ 2 ਨੰਬਰ ਗਰਾਊਂਡ ਚ ਚੋਟੀ ਦਾ ਨੈਟ ਮੈਨ ਲੋਕ ਕਹਿੰਦੇ ਸੁਣੇ ਲਾਲੇ ਦੀ ਇਹ ਗੱਲ ਰਹੀ ਨੀ ਹੁਣ ਤੇ 2 ਇੰਚ ਦੇ ਪ੍ਰਜਾਤੀ ਹੈਗਾ ਲਾਲੇ ਗੱਲ ਇਹ ਰਹੀ ਨੀ ਜੇ ਕਿਤੇ 2 ਫੁੱਟ ਦਾ ਜੰਪ ਲੈ ਕੇ ਬਾਲ ਨਾਲ ਟੱਪਾ ਪਾ ਦੇ ਫਿਰ ਕਹਿੰਦੇ ਗੱਲ ਬਣ ਦੇ ਲਾਵੀ ਵੀਰੇ
ਬੱਟੂ ਹੈ ਤੇ ਨਾਲ ਹੀ ਦੇਖਦੀ ਹੈ ਮੇਰੀ ਟੀਮ ਦੇ ਚੈਨਿਆਲ ਇਹ ਟੀਮਾਂ ਮੇਰੇ ਇੱਕ ਨੰਬਰ ਗਰੋਡ ਦੇ ਨੇੜੇ ਆ ਗਏ ਬੜਾ ਵੀਰ ਹਿੰਮਤ ਦੇ ਨਾਲ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਸਾਰੇ ਜਿਹੜੇ ਗਰਾਊਂਡਾਂ ਦੇ ਮੈਚ ਬੋਲਦੀ ਸੁਣੇਗੀ ਤੇਰਾ ਵੀ ਬੋਲੋ ਧੰਨਵਾਦ ਆ ਨੰਬਰਦਾਰ ਢਲੇਰ ਪਿੰਡ ਵਾਲਾ ਔਰ ਗੱਲਾਂ ਚੱਲਦੀਆਂ ਫਰੂਟ ਖਾਣ ਦੀਆਂ ਵੀ ਸੌ ਟੁੱਟ ਹੀ ਜਾਂਦੀ ਹੈ ਹੋਵੇ ਕਿੰਨੀ ਵੀ ਗੱਡੀ ਤੇ ਧੋਖਾ ਦੇਈ ਜਾਂਦੀ ਹੈ ਆਓ ਯਾਰ ਗੱਡੀ ਤੇ ਮੱਡੀ ਗੱਲਾਂ ਹੁੰਦੀਆਂ ਨੇ ਮਿਲ ਜਾਂਦਾ ਮੈਂ ਸੋਚੂ ਬੜਾ ਵੀਰ ਹਾਂਜੀ ਇੱਕ ਤੇ ਬਟੋਹਾ ਦੇ ਚੈਨੇ ਆ ਤੇ ਦੋ ਤੇ ਮੇਰਾ ਹਾਂਜੀ ਬਰਾੜ ਜੀ ਪੁਆਇੰਟ ਬਈ ਬਾਰੇਕਾ ਦੀ ਲੀਡ ਹੈ ਮੈਨੂੰ ਲੱਗਦਾ ਬੱਲੇ ਮੰਗਿਆ ਮੰਗਾ ਦੇ ਫੁੱਟਾ ਅੱਜ ਕਦੇ ਕੱਲ ਟਕਾਰੇ ਲਾ ਗਿਆ ਮੁੰਡਾ ਤੇ ਟੱਪਾ ਤੇ ਆ ਗਿਆ ਮੁੰਡਾ ਖੇਡ ਦੇ ਮੈਦਾਨ ਦੇ ਵਿੱਚ ਸਰਬਾਲ ਗਾਜੀ ਪਤਾ ਨਹੀਂ ਬਈ ਦੋ ਨੰਬਰ ਗਰਾਊਂਡ ਆਊਟ ਬਾਲ ਹੈ ਇਧਰ ਤਰੀ ਦਾ ਭਰਾ ਸਾਡਾ ਮੁੰਡਾ ਥਰਡ ਤੇ ਖੇਡਦਾ ਸਿੱਖ ਸਰਦਾਰ ਔਰ ਇਧਰ ਮਨਪ੍ਰੀਤ ਤੇ ਸਾਡਾ ਬਹੁਤ ਪਿਆਰਾ ਬਈਆ ਬਰਾੜ ਖੁੱਲੀ ਹੋ ਕੇ ਖਣ ਹਰ ਰਾਏਪੁਰ ਜਿੰਨੇ ਬਣ ਲੈਂਦਾ ਚੈਨੇ ਵਾਲੇ ਦਾ ਮੈਚ ਅਗਲਾ ਮੈਚ ਹੀ ਮੈਚ ਬਈ ਦੋ ਨੰਬਰ ਗਰਾਊਂਡ ਚਾ ਜਸਵੰਤ ਫਿਰ ਗਰਾਊਂਡਾਂ ਦੇ ਵਿੱਚ ਬੜਾ ਲੰਬਾ ਸਮਾਂ ਰਾਜ ਕੀਤਾ ਮੇਰੇ ਮਿੱਤਰੋ ਖਨਾਲ ਪਿੰਡ ਦੇ ਗੱਲਾਂ ਜੀਰੇ ਵਰਗੇ ਨੇ ਰਾਜੂ ਵਰਗੇ ਸਾਡੇ ਵੱਡੇ ਬੜੀ ਬਹੁਤ ਤਕੜਾ ਖੇਡਦੇ ਰਹੇ ਹੈ ਤੇ ਸਮਾਂ ਮੇਰੇ ਮਿੱਤਰੋ ਬਹੁਤ ਕਸ਼ਮੀਰ ਜਾਨਪੁਰੇ ਦੀ ਟੀਮ ਹੈ ਖਾਨ ਦੋ ਨੰਬਰ ਗਰਾਊਂਡ ਚ ਜੇ ਗੱਲ ਬਣ ਜਾਵੇ ਅੱਗੇ ਵਧਣ ਲਈ ਕੌਣ ਕਿਸੇ ਨੂੰ ਰਾਹ ਦਿੰਦਾ ਆਓ ਸਾਰੇ ਦੁੱਖ ਦੇ ਬੜੀ ਹੱਸ ਕੇ ਟੋਪੀ ਨੂੰ ਇੱਕ ਤੇਰਾ ਦੁੱਖ ਅੱਠ ਪੰਦਰਾਂ ਸਕੋਰ ਹੈ ਬਈ ਅੱਠ ਪੰਦਰਾਂ ਸੋਨੇ ਇੱਧਰ ਮੁੰਡੇ ਦੇ ਇੱਕ ਨੰਬਰ ਜਿਹੜਾ ਆਪਣੀ ਟੀਮ ਦੇ ਲਈ ਰਾਜੂ ਇੱਕ ਨੰਬਰ ਗਰਾਊਂਡ ਦੇ ਨੰਬਰ ਵੀਰ ਉਸੇ ਬੜਾ ਵੀਰ ਗੱਲਬਾਤ ਉੱਧਰ ਵੀ ਨੇੜੇ ਤੇੜੇ ਲੱਗੀ ਹੋਈ ਹੈ ਬਾਕੀ ਕਹਿੰਦੇ ਇੱਧਰ ਦੇ ਮੇਰਾ ਕੰਮ ਤੇ ਨੇੜੇ ਤੇੜੇ ਹੀ ਹੈ ਅੱਜ ਦੇ ਮੇਲਾ ਉਹ ਆਏ ਹੋਏ ਜਿਹੜੇ ਸਹਾਰਨਪੁਰ ਰਹਿੰਦੇ ਆ ਮੈਚ ਵੇਖਣ ਆਏ ਆ ਸਹਾਰਨਪੁਰ ਵਾਲੇ ਆਹ ਗੱਡੀਆਂ ਸਪੋਟਾਂ ਤੇ ਆਏ ਲੱਗਦਾ ਚੁੱਪਰ ਤੇ ਗੱਲਾਂ ਕਦੇ ਹੁੰਦੀਆਂ ਨੇ ਬਾਈ ਜੀ ਕਿੰਨੇ ਕਿੰਨੇ ਨੰਬਰ ਹੋ ਗਏ ਤਰੰਬੇ ਗੌਰ ਦੇ ਮੈਚ ਉੱਧਰ ਵੀ ਬਹੁਤ ਤਗੜਾ ਮੁੰਡੇ ਵਾਰ ਵਾਰ ਪਾਣੀ ਪੀਣ ਲਾ ਤੇ ਜਸ਼ਨ ਜੱਗੂ
ਔਰ ਇਧਰ ਮਨਪ੍ਰੀਤ ਤੋਂ ਸੁਣਾਓ ਤੇ ਗੁੱਲੀ ਸਾਡਾ ਭਰਾ ਕਹਿੰਦੇ ਵੀ ਇਹ ਤਿੰਨੋਂ ਪਲੇਅਰ ਦੇ ਬਾਲ ਮਾਰ ਕੇ ਸਮੈਸ਼ ਮਾਰ ਕੇ ਨੰਬਰ ਜੋੜਦੇ ਆ ਤੇ ਆਪਾਂ ਰੁਪਈਆ 500 ਦੇ ਦਿਆਂਗੇ ਹਰ ਇੱਕ ਸਮੈਸ਼ ਦਾ ਵਿਕਣਾ ਉਹ ਗੱਲਾਂ ਕਹਿੰਦੇ ਵੱਡੀਆਂ ਹੋਣਗੀਆਂ ਵੀ ਕਹਿੰਦੇ ਚੱਟ ਦੇ ਕਬੂਤਰ ਚੀਨੇ ਨਦੀਆਂ ਪਾਰ ਚੁਗਦੇ ਦਾਣੇ ਔਰ ਰੱਬ ਦੀਆਂ ਲਿਖੀਆਂ ਨੂੰ ਰੱਬ ਜਾਣੇ ਬਾਈ ਇੱਕ ਵਾਰੀ ਨੰਬਰ ਤਾਂ ਸਾਂਝੇ ਕਰ ਮੇਰਾ ਬਾਈ ਯਾਰ ਕਸ਼ਮੀਰ ਦੀ ਟੀਮ ਦੇ ਤੇ 12 ਪਤਾ ਨੀ 15 ਸਕੋਰ ਬਾਰੇ ਕਹਦੇ ਆ ਜਿਹੜਾ ਸਰਦਾਰਪੁਰ ਦਾ ਮਗਰਲੇ ਪਾਸੇ ਭਰੋੜੀ ਵਾਲਾ ਹੈਲੋ ਇਹ ਮੁੰਡੇ ਦਾ ਕਹਿੰਦੇ ਨੈਣ ਦਾ ਪਿੰਡ ਅੱਜ ਸ਼ਾਹਪੁਰ ਅੱਜ ਨੈਣ ਕੇ ਪਿੰਡ ਦੇ ਵਿੱਚ ਖੇਡਣ ਦੇ ਲਈ ਆਇਆ ਹੋਇਆ ਹੈ ਆਹ ਗੱਲਾਂ ਕਹਿੰਦੇ ਟਿਕਾਰੇ ਲਾਈਆਂ ਹੋਈਆਂ ਨੇ ਬਾਈ ਜੀ ਕਰੋ ਬਈਏ ਦੀ ਟੀਮ ਜੇਤੂ ਰਹੀ ਹੈ ਬਈਏ ਵਾਲੀਆਂ ਮੁੰਡੇ ਨਹੀਂ ਬਸ ਕਿਤੇ ਬੋੜਾ ਵਾਲੇ ਉਹ ਵੀ ਮਾਰੋ ਆਓ ਵੀਰੇ ਬਸ ਕਿਤੇ ਬੋੜਾ ਵਾਲੇ ਇੱਧਰ ਚੱਲਦੇ ਮਹਿਕਮੇ ਵਿੱਚੋਂ ਮੁੰਡੇ ਕਨਾਲ ਸੀ ਵਾਲੇ ਜੇਤੂ ਰਹੇ ਆ ਆਓ ਜੀ ਬੋੜਾ ਵਾਲੇ ਪੀ ਤੇ ਨਾਲ ਮੈਨੂੰ ਲੱਗਦਾ ਪਨਿਹਾਰੀ ਦੀ ਟੀਮ ਇਹ ਮੈਚ ਖੇਡਣੀ ਟੀਮ ਹੁਣ ਭਨਿਆਰੀ ਵਾਲੇ ਮੁੰਡੇ ਆ ਗਏ ਆ ਫੋੜਾ ਦੀ ਟੀਮ ਵੀ ਆ ਗਈ ਆ ਜਲਦੀ ਆਪਾਂ ਮੈਚ ਸ਼ੁਰੂ ਕਰਾਂਗੇ ਲੱਭ ਲਓ ਵੀ ਕਰੋ ਵੀ ਮੈਚ ਸ਼ੁਰੂ ਕਰ ਪਿੱਛੇ ਦੀ ਦੇ ਰਹੇ ਵੀ ਸਾਨੂੰ ਤੇ ਬਈਆਂ ਦੀਆਂ ਖੇਡੀ ਜਾਂਦੇ ਬਾਈ ਤੂੰ ਪਤਾ ਕਰਨਾ ਜਿੱਤ ਗਏ ਨਹੀਂ ਨਿਬੜੀਆਂ ਮੈਚ ਤਾਂ ਬਾਈ ਯਾਰ ਕੌਣ ਸਾਂਝੀ ਕਰਦਾ ਕਰੋ ਨਾ ਮੇਰਾ ਭਰਾ ਯਾਰ ਚੱਲੀ ਜਾਂਦਾ ਨਾ ਮੈਚ ਲਗੋ ਚੱਲੀ ਜਾਂਦਾ ਮੈਂ ਕਿੱਥੇ ਸੋਰੀ ਬਰੋ ਸੋਰੀ ਸੋਰੀ ਮਾਫੀ ਚਾਹੁੰਦੇ ਮੇਰਾ ਬਾਈ ਲੈ ਬਾਈ ਪੁੱਛ ਕੇ ਦੱਸ ਦੇ ਜਸਵੰਤ ਮੇਰੇ ਚ ਮੁੱਕਣ ਵਾਲੀ ਹੈ ਯੂਪੀ ਦਾ ਵੀ ਔਰ ਗੱਲਾਂ ਕਹਿੰਦੇ ਜਗੀਰੇ ਵਰਗਿਆਂ ਨੇ ਕਰੀਆਂ ਵੀ ਉਹ ਕਹਿੰਦੇ ਵੀ ਫਿਕਰ ਬਹੁਤ ਤਕੜਾ ਖਿਡਾਰੀ ਨੇ ਇਸ ਪਿੰਡ ਦਾ ਵੱਡਾ ਧੰਨਵਾਦ ਹੈ ਸੰਗਤੀ ਵਾਲਾ ਪਿੰਡ ਸਾਡੇ ਵੀਰ ਦਾ ਔਰ ਅੱਜ ਦੇ ਸਬੰਧੇ ਖੇਡ ਵੇਲੇ ਤੇ ਪੁੱਜਿਆ ਭਰਾ ਸਾਡਾ ਦਿਲੋਂ ਦਵਾਮਾ ਨੇ ਦਿਲੋਂ ਇੱਧਰ ਥੋੜਾ ਪਨਿਹਾਰੀ ਦੀ ਟੀਮ ਬਾਈ ਮੁੰਡੇ ਪਨਿਹਾਰੀ ਵਾਲੇ ਆਓ ਮੇਰਾ ਬਾਈ ਬਣ ਕੇ ਸ਼ੇਰ ਤਾਂ ਬਾਈ ਨਿਊਜ਼ੀਲੈਂਡ ਖੇਡੀ ਜਾਂਦਾ ਖਾਨ ਸਾਹਿਬ ਕਹਿੰਦੇ ਜਹਾਨਪੁਰ ਵਾਲੇ ਦੀ ਫੋਟਾ ਹੈ ਲੈ ਦੋ ਤੇਰੀ ਨੰਬਰ ਦੱਸੀ ਮੇਰਾ ਵੀਰ ਯਾਰ ਇੱਕ ਨੰਬਰ ਲਾਉਣੇ ਜਿਹੜਾ ਮੁੰਡਾ ਲਾਈਵ ਤੇ ਬੈਠਾ ਕਰੀ ਵੀਰੇ ਇਸ਼ਾਰਾ ਪੁੱਛ ਕੇ ਬਾਰੇਗਾ ਗੇਮ ਲਾਸਟ ਬਾਰੇਗਾ ਦੀ ਟੀਮ ਦਾ ਵੀਰੇ ਇੱਧਰ ਬਟੂਹਾ ਤੇ ਵੀਰੇ ਚੈਨਿਆਲ ਬਟੂਹਾ ਦੇ ਚੈਨਿਆਲ ਦੀ ਟੀਮਾਂ ਮੇਰਾ ਵੀਰ ਕਹਿੰਦਾ ਨੰਬਰ ਲਾਸਟ ਤੱਕ ਮੇਰੀ ਗਾਰੀ ਦਿੱਤੀ ਗਈ ਜੀ ਜਿਹੜੇ ਹੋਈਏ ਗਰਾਊਂਡ ਦੇ ਉਧਰ ਖਾਨ ਸਾਹਿਬ ਨਿਊਜ਼ੀਲੈਂਡ ਹੈ ਸ਼ੇਰੂ ਤਾਂ ਇੱਥੇ ਕਿਵੇਂ ਆਊਗਾ ਉਹ ਵੀ ਅੱਜ ਦੇ ਸਬੰਧੇ ਖੇਡ ਮੇਲੇ ਨਾਲ ਲਾਈਵ ਜੁੜਿਆ ਹੋਇਆ ਹਾਂ ਮਰਦੇੜੀ ਵਾਲਾ ਭਰਾ ਸਾਡਾ ਔਰ ਗੁਰਸੇਵਕ ਪੀਲੀ ਬੈਲੀ ਵਾਲੇ ਦੇ ਚਰਚੇ ਹੁੰਦੇ ਆ ਦਿਲੋ ਦਰਾਮਾ ਦੇ ਦਿਲੋ ਪਿਆਰ ਹੈ ਸਾਡੇ ਵੀਰਾਂ ਦੇ ਲਈ ਪਰ ਇੱਧਰ ਕਹਿੰਦੇ ਚੋਟੀ ਦੇ ਮੁਕਾਬਲੇ ਖੇਡੇ ਜਾ ਰਹੇ ਆ ਮੇਲਾ ਮੇਰੇ ਮਿੱਤਰੋਂ ਭਰ ਕੇ ਬਣ ਦਿੰਦੇ ਆ ਰਸ਼ੀਏ ਦੇ ਟੈਂਕ ਪੁੱਜਿਆ ਹੋਇਆ ਅੱਜ ਦੇ ਸਬੰਧੇ ਖੇਡ ਮੇਲੇ ਦੇ ਉੱਤੇ ਹਰ ਕਹਿੰਦੇ ਬਈ ਵਾਲੀਆਂ ਲਾਡੀ ਪੁੱਜਿਆ ਹੋਇਆ ਹਾਂ ਜਿੱਥੇ ਘਰ ਘਰ ਦੇ ਲੋਕੀ ਕਹਿੰਦੇ ਹੁੰਦੇ ਵੋਟ ਬੋਲੀਆਂ ਦੇ ਵਿੱਚ ਗੱਲਾਂ ਹੁੰਦੀਆਂ ਵੀ ਜਿੱਥੇ ਮਾਈਆ ਪੱਤ ਰੱਖਦਾ ਉੱਥੇ ਉਹਦਾ ਸਰੋਂ ਦਾ ਬੂਟਾ ਜਿੱਥੇ ਵੀ ਲਾਡੀ ਲੰਘਦੇ ਤੇ ਮੁੜ ਕੇ ਜੇ ਦਰਾਂਗਾ ਵੀ ਉਹਨੇ ਲਾਉਣ ਕਹਿੰਦੇ ਵੀ ਲਾਡੀ ਆ ਕਰਦੇ ਵਰਤਿਆ ਗੱਲਾਂ ਕਹਿੰਦੇ ਸੁੱਤੀਆਂ ਨੇ ਲੈ ਵੀ ਆ ਗਏ ਸਾਨੂੰ ਵੀ ਹੋਇਆ ਤੇ ਜਿਹੜਾ ਹੋਰ ਚੱਲ ਬਾਲਾਂ ਦਾ ਜੇਪਰ ਨੇ ਕਰਾਇਆ ਨਾ ਲਾਡੀ ਇਹਨੇ
ਵਾਲੀਬਾਲ ਇੰਡ ਗੱਲ ਪਤਾ ਬਾਈ ਦੋ ਨੰਬਰ ਗਰਾਊਂਡ ਦਾ ਲੈ ਵਾ ਟੀਮ ਨੌ ਨੌ ਪੁਆਇੰਟ ਨੇ ਸਾਰੇ ਗੱਲ